ਫਤਿਹਗੜ੍ਹ ਚੂੜੀਆਂ ਤੋਂ 1.5 ਕਿਲੋਮੀਟਰ ਦੂਰ ਨਜ਼ਦੀਕੀ ਪਿੰਡ ਬੇਰੀਆਂਵਾਲ ਵਿਖੇ ਦਿਨ ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਅਤੇ ਬਜ਼ੁਰਗ ਜਿਹੜੇ ਨੇ ਇਸ ਵੇਲੇ ਜੀਵਨ ਮੌਤ ਦੀ ਲੜਾਈ ਗੁਰੂ ਨਾਨਕ ਹਸਪਤਾਲ ਵਿਖੇ ਲੜ ਰਹੇ ਨੇ। ਇਸ ਮੌਕੇ ਸਾਡੇ ਨਾਲ ਮੌਜੂਦ ਨੇ ਪਰਿਵਾਰਕ ਮੈਂਬਰ, ਉਹਨਾਂ ਦੇ ਭਤੀਜੇ ਪਲਵਿੰਦਰ ਸਿੰਘ। ਉਹਨਾਂ ਕੋਲ ਜਾਣਦੇ ਹੈ ਕਿਉਂ ਉਹਨਾਂ ਉੱਪਰ ਹਮਲਾ ਕੀਤਾ ਗਿਆ ਤੇ ਕੀ ਸੀ ਸਾਰਾ ਮਾਜਰਾ। ਇਹ ਮਾਮਲਾ ਇਸ ਤਰ੍ਹਾਂ ਹੈ ਜੀ, ਮੇਰੇ ਤਾਇਆ ਜੀ ਸਰਦਾਰ ਹਰਭਜਨ ਸਿੰਘ ਜੀ ਨੰਬਰਦਾਰ, ਜੋ ਸਾਡਾ ਜ਼ਮੀਨੀ ਮਾਮਲਾ ਸੀ, ਸਵੇਰੇ ਘਰੋਂ ਸਾਡਾ ਗੁਰਦਾਸਪੁਰ ਜ਼ਮੀਨ ਦਾ ਕੇਸ ਚੱਲਦਾ ਸੀ, ਉਹਦੀ ਤਰੀਕ ਸੀ, ਉਹਦੇ ਸੰਬੰਧ 'ਚ ਗੁਰਦਾਸਪੁਰ ਚੱਲੇ ਸੀ, ਘਰ ਤੋਂ ਥੋੜ੍ਹੀ ਦੂਰ ਨਿਕਲੇ। ਇਹਨਾਂ ਨੂੰ ਰਸਤੇ 'ਚ ਕੁਛ ਅਣਪਛਾਤੇ ਵਿਅਕਤੀਆਂ ਨੇ, ਜਿਨ੍ਹਾਂ ਨੇ ਕੁਛ ਬੰਦਿਆਂ ਨੇ ਮੂੰਹ ਬੱਧੇ ਸੀ, ਕਿਸੇ ਦੇ ਖੁੱਲ੍ਹੇ ਹੋਏ ਸੀ, ਉਹਨਾਂ ਨੇ ਇਹਨਾਂ 'ਤੇ ਕਾਤਲਾਨਾ ਹਮਲਾ ਕਰਕੇ ਇਹਨਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਵਾ। ਸੱਟਾਂ ਬਹੁਤ ਜ਼ਿਆਦੀਆਂ ਲੱਗਣ ਹੋਣ ਕਰਕੇ ਇਹ ਬੇਹੋਸ਼ੀ ਦੀ ਹਾਲਤ ਵਿੱਚ ਨੇ, ਅਤੇ ਸਾਨੂੰ ਜਦੋਂ ਕਿਸੇ ਰਾਹਗੀਰ ਨੇ ਇਹਨਾਂ ਦੇ ਫੋਨ ਤੋਂ ਫੋਨ ਕੀਤਾ ਕਿ ਤੁਹਾਡੇ ਬਜ਼ੁਰਗ ਇਸ ਤਰ੍ਹਾਂ ਇੱਥੇ ਪਏ ਨੇ ਅਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਅਤੇ ਜ਼ਿਆਦਾ ਗੰਭੀਰ ਹਾਲਤ ਵਿੱਚ ਨੇ, ਅਤੇ ਅਸੀਂ ਘਰੋਂ ਜਲਦੀ ਜਲਦੀ ਇਹਨਾਂ ਨੂੰ ਆਣ ਕੇ ਗੱਡੀ 'ਚ ਪਾ ਕੇ ਫਤਿਹਗੜ੍ਹ ਚੂੜੀਆਂ ਹੋਸਪਿਟਲ ਵਿਖੇ ਖੜਿਆ, ਅਤੇ ਸੱਟਾਂ ਜ਼ਿਆਦਾ ਹੋਣ ਕਰਕੇ ਡਾਕਟਰ ਸਾਹਿਬ ਨੇ ਸਾਨੂੰ ਇੱਥੋਂ ਰੈਫਰ ਕਰਤਾ, ਜਵਾਬ ਦੇ ਦਿੱਤਾ ਵੀ ਤੁਸੀਂ ਅੰਮ੍ਰਿਤਸਰ ਲੈ ਜਾਓ, ਸਾਡੇ ਵੱਸ ਦੀ ਗੱਲ ਨਹੀਂ ਗੀ। ਹਾਲਾਤ ਇਸ ਤਰ੍ਹਾਂ ਵੀ ਬਹੁਤ ਮਾੜੇ ਹਾਲਾਤ ਨੇ ਇਹਨਾਂ ਦੇ, ਇਸ ਵੇਲੇ ਬੇਹੋਸ਼ ਨੇ, ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ। ਅਸੀਂ ਚਾਹੁੰਦੇ ਹਾਂ ਪਰਮਾਤਮਾ ਚਲੋ ਇਹਨਾਂ ਨੂੰ ਜ਼ਿੰਦਗੀ ਬਖਸ਼ੇ, ਪਰ ਹਾਲਾਤ ਜਿਹੜੇ ਨੇ ਬਹੁਤ ਇਸ ਵੇਲੇ ਬਹੁਤ ਮਾੜੇ ਨੇ। ਹਾਂਜੀ, ਅਸੀਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਆ ਅਤੇ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਹਾਂ, ਜਿਹੜੇ ਬੰਦਿਆਂ ਨੇ ਮੰਦਭਾਗੀ ਘਟਨਾ ਕੀਤੀ ਆ ਉਹਨਾਂ 'ਤੇ ਜਲਦ ਤੋਂ ਜਲਦ ਉਹਨਾਂ ਦਾ ਨਸ਼ਰ ਕਰਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਨੰਗਿਆ ਕੀਤਾ ਜਾਵੇ। ਨਹੀਂ, ਪੁਲਿਸ ਉਸ ਟਾਈਮ 'ਤੇ ਨਹੀਂ ਪਹੁੰਚੀ, ਉਸ ਤਰ੍ਹਾਂ ਬਾਅਦ ਵਿੱਚ ਪਤਾ ਲੱਗਾ ਵੀ ਸਾਂਝ ਤੋਂ ਅੰਮ੍ਰਿਤਸਰ ਲੈ ਕੇ, ਬਾਅਦ 'ਚ ਪਤਾ ਲੱਗਾ ਵੀ ਪੁਲਿਸ ਮੌਕਾ ਵੇਖ ਕੇ ਗਈ ਹੈ। ਅਸੀਂ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਜਿਹੜੇ ਬੰਦਿਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ 'ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਨੰਗਿਆ ਕਰਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਜੋ ਬਣਦੀ ਕੀਤੀ ਜਾਵੇ, ਕਿਉਂਕਿ ਸਾਨੂੰ ਹੋਰ ਵੀ ਖਤਰਾ ਹੈ, ਹੋਰ ਵੀ ਨੁਕਸਾਨ ਕਰ ਸਕਦੇ ਸਾਡੇ ਉਹ ਬੰਦੇ, ਅਤੇ ਅਸੀਂ ਚਾਹੁੰਦੇ ਵੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਜਿਹੜਾ ਵਾ ਇਹ ਬੰਦੇ ਨਸ਼ਰ ਕਰਕੇ ਇਹਨਾਂ ਦੇ ਵਿਰੁੱਧ ਜੋ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਕ੍ਰਿਸ਼ਨ ਜੀ, ਪਲਵਿੰਦਰ ਸਿੰਘ ਜੀ ਜੋ ਕਿ ਹਰਭਜਨ ਸਿੰਘ ਜੋ ਨੰਬਰਦਾਰ ਉਹਨਾਂ ਦੇ ਭਤੀਜੇ ਹਨ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਤਾਇਆ ਜੀ ਨੰਬਰਦਾਰ ਹਰਭਜਨ ਸਿੰਘ ਸਵੇਰੇ ਆਪਣੇ ਤਰੀਕੇ ਚੱਲੇ ਸੀ ਜ਼ਮੀਨੀ ਵਾਰ ਨੂੰ ਲੈ ਕੇ, ਰਸਤੇ ਵਿੱਚ ਉਹਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਕੇ ਉਹਨਾਂ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ, ਇੱਥੇ ਜਿੱਥੇ ਉਹ ਕਿ ਜੀਵਨ ਮੌਤ ਦੀ ਲੜਾਈ ਲੜ ਰਹੇ ਨੇ। ਅਤੇ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਉਹਨਾਂ ਨੂੰ ਤੁਰੰਤ ਉਹਨਾਂ ਦੀ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾਵੇ। ਮੇਰੇ ਨਾਲ ਅਜੇ ਅਤੇ ਅਰੁਣ, ਈ ਪੰਜਾਬ ਟੀਵੀ।